हाँ जी, सत श्री अकाल जी सारयां नूं। आपां खड़े हैंगे कुंजम टॉप दे उत्ते। आह नज़ारा हैगा चारे पासे दा, मैं दिखा दिंदा तुहानूं। ते हुण आपां चाले पाउणे आ चाचा चाची दे ढाबे वल नूं थल्ले बादल तक। इहो जिहा रहूगा रस्ता, पानी चलदा रहूगा, कितें वी सड़क नहीं आऊगी, बादल तक ही नहीं गी, कोकसर तक, यानी कि 70-75 किलोमीटर आपां आई चलना है। एक बार फिर थोनों मैं जाता जाता निगाह मार के चारे पासे ते आ 360 डिग्री का व्यू बनता है चारे पास्यों, जिहड़ा नज़ारा है कुंजम का। तो आ जिहड़ा है सामने, इनू कुंजम माता कहिंदे ने। इत्थे मत्था टेक के परिक्रमा करके लोग जाते ने, जिहड़े भी कुंजम आउंदे ने। माड़ा जिहा खिच के ਇਹ ਜਿਹਾ ਰਸਤਾ ਹੈਗਾ। ਅਤੇ ਆਪਾਂ ਸੀਗੇ 15,060 ਫੁੱਟ ਦੀ ਹਾਈਟ ਦੇ ਉੱਤੇ, ਅਤੇ ਜਿਹੜਾ ਬਾਤਲ ਹੈਗਾ ਇਹ ਹੈਗਾ 14,000, ਮਤਲਬ ਕਿ 1,060 ਫੁੱਟ ਦੀ ਆਪਾਂ ਨਿਵਾਨ 'ਤੇ ਜਾਣਾ ਹੈਗਾ, ਥੱਲੇ ਨੂੰ ਜਾਣਾ ਹੈਗਾ 11 ਕਿਲੋਮੀਟਰ ਦੇ ਵਿੱਚ ਵਿੱਚ। ਪਾਣੀ ਐਂ ਵਗਦਾ ਰਹੂਗਾ, ਕਿਤੇ ਵੀ ਸੜਕ ਨਹੀਂ ਆਊਗੀ, 70-75 ਕਿਲੋਮੀਟਰ ਐਂ ਚੱਲਣਾ ਹੈ। ਇਹ ਤਾਂ ਹਜੇ ਉੱਤੇ ਚੱਲ ਰਹੀ ਹੈਗੀ ਰੋਡ, ਬਰਫ਼ ਕਰ ਰਹੀ ਹੈਗੀ, ਬਾਤਲ ਤੋਂ ਬਾਅਦ ਦਰਿਆ ਦੇ ਵਿੱਚ ਵਿੱਚ ਵੀ ਤੁਰਨਾ ਪਊਗਾ, ਮਤਲਬ ਕਿ ਨਾਲਾ ਜਾਏਗਾ, ਨਾਲ ਨਾਲ ਤੁਰਨਾ ਉਹਦੇ। ਆਹ ਬਰਫ਼ ਖੁਰੀ ਜਾਂਦੀ ਹੈ ਚਾਰੇ ਪਾਸਿਓਂ, ਅਤੇ ਐਤਕੀ ਪਈ ਵੀ ਘੱਟ ਹੈਗੀ, ਅਤੇ ਮਨ ਲੱਗਦਾ ਗਾ ਤਾਂ ਹੀ ਹੁਣ ਗਰਮੀਆਂ ਵਧਣੀਆਂ ਸ਼ੁਰੂ ਹੋ ਜਾਣੀਆਂ। 60% ਬਰਫ਼ ਘੱਟ ਪਈ ਹੈਗੀ, ਇਹ ਵੀ ਸੋਚਣ ਵਾਲੀ ਗੱਲ ਹੈਗੀ ਆਪਣੇ ਵਾਸਤੇ। ਜਿਹੜਾ ਬਰਫ਼ ਦਾ ਘੱਟ ਪੈਣਾ ਹੈਗਾ ਤਾਂ ਸਮਝ ਲਓ ਵੀ ਜਿਹੜਾ ਆਪਾਂ ਨੂੰ ਪੰਜਾਬ ਤੱਕ ਪਾਣੀ ਪਹੁੰਚਦਾ, ਜਿੰਨਾ ਕੁ ਆਪਣੇ ਤੱਕ ਪਹੁੰਚ ਰਿਹਾ ਹੈਗਾ, ਉਹ 60% ਘੱਟ ਪਹੁੰਚੂਗਾ ਜੇ ਐਤਕੀ ਬਰਫ਼ ਘੱਟ ਪਈ ਹੈ। ਐਤਕੀ ਨਹੀਂ ਤਾਂ 2 ਸਾਲਾਂ ਨੂੰ 3 ਸਾਲਾਂ 'ਚ ਪਤਾ ਲੱਗ ਜੂਗਾ, ਅਤੇ ਜਾਣਾ ਹੀ ਪਊਗਾ ਹੌਲੀ ਹੌਲੀ। ਆਪਾਂ ਨੂੰ ਇਹ ਨਹੀਂ ਹੈਗਾ ਵੀ ਬੜਾ ਤੇਜ਼ ਚੱਲ ਪਾਂਗੇ, ਦੂਜਾ ਆਪਣੇ ਬ੍ਰੇਕ ਜ਼ਿਆਦਾ ਮੂਹਰਲੀ ਕੰਮ ਕਰਦੇ ਨੇ, ਅਗਲੇ ਬ੍ਰੇਕ ਹੀ ਕੰਮ ਕਰਦੇ ਨੇ। ਜਿਹੜਾ ਕੁੰਜਮ ਦੀ ਪਰਲੇ ਪਾਸੇ ਵਾਲੀ ਬਰਫ਼ ਸੀਗੀ ਉਹ ਢਲ ਕੇ ਪਰਲੇ ਪਾਸੇ ਨੂੰ ਜਾ ਰਹੀ ਸੀ, ਸਪੀਤੀ ਵਾਲੇ ਪਾਸੇ। ਅਤੇ ਜਿਹੜਾ ਆਹ ਪਾਣੀ ਰੁੜਿਆ ਆਉਂਦਾ ਹੈਗਾ, ਆਹ ਥੱਲੇ ਇੱਕ ਦਰਿਆ ਚੱਲੀ ਜਾਂਦਾ ਹੈਗਾ, ਇਹਨੂੰ ਕਹਿੰਦੇ ਨੇ ਚੰਦਰ ਦਰਿਆ। ਆਹ ਪਿਛਲੇ ਪਾਸੇ ਵਾਲਾ ਜਿਹੜਾ ਮੋੜ ਆਇਆ ਸੀਗਾ ਜਿੱਥੋਂ ਮੈਂ ਸਾਈਕਲ ਚੱਲਦਾ ਦਿਖਾਇਆ ਸੀਗਾ, ਇਹ ਜਾਂਦਾ ਹੈਗਾ ਚੰਦਰਤਾਲ ਝੀਲ ਨੂੰ। ਚੰਦਰਤਾਲ ਝੀਲ ਦੇ ਵਿੱਚੋਂ ਨਿਕਲਦਾ ਹੈਗਾ ਇਹ ਚੰਦਰ ਦਰਿਆ, ਅਤੇ ਇਹ ਲਾਹੌਲ ਦੇ ਵਿੱਚ ਹੈਗਾ। ਇੱਧਰਲਾ ਪਾਸਾ ਹੈਗਾ ਜਿਹੜਾ ਲਾਹੌਲ ਦਾ ਹੈਗਾ, ਥੱਲੇ ਮੈਂ ਤੁਹਾਨੂੰ ਪੁਲ ਵੀ ਦਿਖਾਉਣਾ ਪਹੁੰਚ ਕੇ। ਆਹ ਪਾਣੀ ਹੈਗਾ, ਉੱਥੋਂ ਬਹੁਤ ਥੋੜ੍ਹਾ ਪਾਣੀ ਨਿਕਲਦਾ ਹੈਗਾ, ਸਪੀਤੀ ਵਾਂਗੂੰ ਕਹਿ ਲਓ ਜਾਂ ਸਤਲੁਜ ਵਾਂਗੂੰ ਕਹਿ ਲਓ ਅੱਗੇ ਜਾ ਕੇ, ਅਤੇ ਨਾਲਿਆਂ ਦਾ ਪਾਣੀ ਪੈ ਕੇ ਪੂਰਾ ਹੁੰਦਾ ਹੈਗਾ। ਲਓ ਜੀ, ਆਪਾਂ ਆਹ ਪੁਲ ਟੱਪਣ ਸਾਰ ਆਪਾਂ ਦਾਖਲ ਹੋ ਜਾਵਾਂਗੇ ਲਾਹੌਲ ਦੇ ਵਿੱਚ, ਚੰਦਰ ਦਰਿਆ ਦੇ ਉੱਤੇ ਜਿਹੜਾ ਨਿਕਲਦਾ ਚੰਦਰਤਾਲ ਝੀਲ ਦੇ ਵਿੱਚੋਂ। ਅਤੇ ਚੰਦਰਤਾਲ ਦਾ ਟਰੈਕ ਵੀ ਹੁੰਦਾ ਹੈਗਾ, ਪਰਲੇ ਪਾਸੇ ਵਾਲੀ ਜਿਹੜੀ ਸੜਕ ਹੈਗੀ ਉਹ ਹਜੇ ਖੁੱਲ੍ਹੀ ਨਹੀਂ ਸੀਗੀ, ਉਹ PWD ਦੇ ਅੰਡਰ ਆਉਂਦੀ ਹੈਗੀ। ਜਿਹੜਾ ਆਪਾਂ ਆਹ ਪੁਲ ਟੱਪੀ ਜਾਂਦੇ ਸੜਕ 'ਤੇ ਆਈ ਜਾਂਦੇ ਹਾਂ, ਇਹ BRO ਦੇ ਅੰਡਰ ਆਉਂਦੀ ਹੈ। ਉਹ ਸਾਹਮਣੇ ਹੈਗਾ ਚਾਚਾ ਚਾਚੀ ਦਾ ਢਾਬਾ, ਉਹ ਸਾਹਮਣੇ ਬੋਰਡ ਲੱਗਿਆ ਹੋਇਆ ਹੈਗਾ, ਅਤੇ ਤੁਹਾਨੂੰ ਮੈਂ ਦਿਖਾਉਣਾ ਹੈਗਾ ਨਾਲ। ਉਹ ਪੁਲ ਆ ਗਿਆ ਚੰਦਰ ਵਾਲਾ, ਉਹ ਪਿਛਲੇ ਪਾਸੇ ਆਉਂਦੀ ਹੈਗੀ, ਉਹ ਸਪੀਤੀ ਦੇ ਪਹਾੜ ਨੇ ਜਿਹੜਾ ਉਹ ਪਾਸਾ ਹੈਗਾ, ਅਤੇ ਆਹ ਪਾਸਾ ਹੈਗਾ ਲਾਹੌਲ ਦਾ, ਅਤੇ ਬੋਰਡ ਲੱਗਿਆ ਚਾਚਾ ਚਾਚੀ ਦੇ ਢਾਬੇ ਦਾ। ਆਪਾਂ ਪਹੁੰਚ ਕੇ ਤੁਹਾਨੂੰ ਮੈਂ ਦਿਖਾਉਣਾ ਹੈ ਲਾਹੌਲ ਐਂਡ ਸਪੀਤੀ, ਲਾਹੌਲ ਵਾਲਾ ਪਾਸਾ ਅਤੇ ਪਰਲਾ ਸਪੀਤੀ ਦਾ। ਅੱਜ ਆਪਾਂ ਦੇਖਾਂਗੇ, ਹੁਣ ਸ਼ੁਰੂ ਹੋ ਜੂਗਾ ਲਾਹੌਲ। ਲਾਹੌਲ ਦੇ ਹੋਰ ਰੰਗ ਨੇ, ਸਪੀਤੀ ਦੇ ਆਪਦੇ ਇੱਕ ਬਾਹਲੇ ਰੰਗ ਨੇ, ਅਤੇ ਮਿਲਾਉਣਾ ਤੁਹਾਨੂੰ ਚਾਚੀ ਨਾਲ ਹੁਣ ਜਾ ਕੇ। ਇਹ ਹੈ ਚਾਚੀ ਜੀ, ਜਿਨ੍ਹਾਂ ਦੀ ਉਮਰ ਹੈਗੀ 69 ਸਾਲ, ਅਤੇ ਉਹ ਘੁੰਮ ਰਹੇ ਨੇ ਉੱਧਰ ਚਾਚਾ ਜੀ, ਅਤੇ ਆਹ ਗੈਸਟ ਆਨੰਦ ਮਾਣ ਰਹੇ ਨੇ।
ਇਹ ਚਾਚਾ ਜੀ ਨੇ, ਇਹਨਾਂ ਦੀ ਉਮਰ ਹੈ 70 ਸਾਲ ਦੀ। ਇੱਕ ਹਿਸਾਬ ਦੀ ਇੱਥੇ ਇਹਨਾਂ ਨੇ ਸਰਾਈ ਖੋਲ੍ਹੀ ਹੋਈ ਹੈ ਇਹ। ਜਿਹੜਾ ਕੋਈ ਆਉਂਦਾ ਹੈਗਾ ਉਨੇ ਕੁ ਪੈਸੇ ਲੈਂਦੇ ਨੇ ਰੁਕਣ ਦੇ, ਜੇ ਕੋਈ ਮੁਸੀਬਤ ਦੇ ਵਿੱਚ ਹੋਵੇ ਤਾਂ ਉਹ ਤੋਂ ਕੁਛ ਨਹੀਂ ਲੈਂਦੇ, ਮਰਜ਼ੀ ਦੇ। ਇੱਧਰ ਆਪਾਂ ਪਵਾਂਗੇ, ਆਹ ਆਪਣੇ ਬੂਟ ਪਏ ਆ ਗੱਚ ਹੋਏ, ਅਤੇ ਇੱਧਰ ਆਹ ਜਰਾਬਾਂ ਰੱਖੀਆਂ ਹੋਈਆਂ, ਅਤੇ ਆਹ ਰਜਾਈਆਂ ਕੰਬਲਾਂ 'ਚ ਵੜਾਂਗੇ। ਸਲੀਪਿੰਗ ਬੈਗ ਹੋਰੇ ਪਾਸੇ ਰੱਖਤੇ, ਥੋੜ੍ਹੇ ਥੋੜ੍ਹੇ ਭਿੱਜੇ ਵੀ ਨੇ। ਆਹ ਹੈਗਾ ਸਵੇਰ ਦਾ ਮਾਹੌਲ, ਅਤੇ ਗੱਲ ਕਰਾਂਗੇ ਆਪਾਂ ਚਾਚਾ ਜੀ ਨਾਲ ਵੀ ਗੱਲ ਕਰਾਂਗੇ ਹੁਣ, ਕਿਵੇਂ ਕਦੋਂ ਤੋਂ ਢਾਬਾ, ਕੀ ਪਰਿਵਾਰ ਹੈਗਾ, ਕੀ ਗੱਲਬਾਤ ਹੈਗੀ, ਕਿਹਦੀ ਜਗ੍ਹਾ ਹੈਗੀ ਇਹ ਜਿੱਥੇ ਬਣਾਇਆ ਹੋਇਆ ਹੈਗਾ। ਅਤੇ ਚਾਚੀ ਨਾਲ ਨਾਲ ਜਰਾਬਾਂ ਜਰੂਬਾਂ ਟੋਪੀਆਂ ਵੀ ਦਿੰਦੀ ਆ, ਕਿਉਂਕਿ ਲੋਕਾਂ ਨੂੰ ਇੱਥੇ ਜਾ ਆ ਕੇ ਪਤਾ ਲੱਗਦਾ ਵੀ ਠੰਡ ਬਾਹਲੀ ਆ, ਘਰੋਂ ਆਪਾਂ ਉਹਨਾਂ ਲੀੜਾ ਕੱਪੜਾ ਨਹੀਂ ਚੱਕਦੇ ਜਾਂ ਜਰਾਬਾਂ ਪਤਲੀਆਂ ਚੱਕ ਲੈਂਦੇ ਹਾਂ। ਆਹ ਸਮਾਨ ਮਿਲਦਾ ਹੈਗਾ, ਚਾਚੀ ਨੇ ਆਪਦੀ ਅੱਡ ਦੁਕਾਨ ਲਾਈ ਹੋਈ ਆ ਪਾਸੇ ਦੇ ਢਾਬੇ ਦੇ ਨਾਲ। ਆਹ ਢਾਬਾ ਹੈਗਾ, ਤਰਪਾਲ ਪਾਈ ਹੋਈ ਹੈ ਉੱਤੇ। ਆਹ ਪਾਸੇ 'ਤੇ ਇਹਨਾਂ ਦੇ ਵਰਕਰ ਰਹਿ ਲੈਂਦੇ ਨੇ। ਕਿੱਬਰ ਇੱਥੇ ਲਿਖਿਆ ਹੋਇਆ 108 ਕਿਲੋਮੀਟਰ, ਪਰ ਜੇ ਆਪਾਂ ਚਿੱਚਮ ਬ੍ਰਿਜ ਵਾਲੇ ਪਾਸੇ ਦੀ ਜਾਂਦੇ ਹਾਂ ਅੰਦਰ ਦੀ, ਤਾਂ ਸਿਰਫ ਅਤੇ ਸਿਰਫ 72 ਕਿਲੋਮੀਟਰ ਪਿਆ ਹੈਗਾ ਸਟਰਾਵਾ ਦੇ ਹਿਸਾਬ ਨਾਲ, ਕਿਉਂਕਿ ਮੈਂ ਕਿੱਬਰ ਤੋਂ ਚੱਲਿਆ ਸੀਗਾ ਅਤੇ ਇੱਥੇ ਆ ਕੇ ਰੁਕਿਆ ਗਏ। ਕਿੱਬਰ ਤੋਂ ਕੁਐਟੋ, ਕੁਐਟੋ ਤੋਂ ਇੱਥੇ ਲਾਹੌਰ, ਮਤਲਬ ਕਿ ਚਾਚਾ ਚਾਚੀ ਦਾ ਢਾਬਾ, 72 ਕਿਲੋਮੀਟਰ ਸਟਰਾਵਾ ਦੇ ਹਿਸਾਬ ਨਾਲ ਦੱਸ ਰਿਹਾ। ਉਹ ਪਹਾੜ ਸਪੀਤੀ ਦਾ ਪਹਾੜ ਹੈ ਅਰਲਾ ਪਾਸਾ, ਤੇ ਉਰਲਾ ਪਾਸਾ ਲਾਹੌਰ ਦਾ। ਪਾਪਾ ਗਰਮ ਗਰਮ ਚਾਵਲ, ਗਰਮ ਗਰਮ ਚਾਵਲ, ਗਰਮ ਗਰਮ ਚਾਹ। ਚੰਦਰ ਦਰਿਆ ਅੱਗੇ ਜਾ ਕੇ ਕਿੱਥੇ ਜੇ ਜਾ ਕੇ ਚਨਾਬ ਬਣ ਜੂਗਾ, ਇਹਨੂੰ ਚਨਾਬ ਵੀ ਕਹਿ ਦਿੰਦੇ ਨੇ। ਅਤੇ ਉਦੋਂ ਪਹਿਲਾਂ ਆਪਾਂ ਚਾਚੀ ਚਾਚੀ ਦੀਆਂ ਖਾਸੀਅਤ 'ਤੇ ਨਿਗਾਹ ਮਾਰ ਲਈਏ। ਆਹ ਦੇਖੋ ਜੀ ਚਾਚਾ ਚਾਚੀ ਦੀ ਖਾਸੀਅਤ, ਆਪਾਂ ਕਰਦੇ ਹਾਂ ਗੱਲਬਾਤ। ਆਹ ਹੋ ਜਾਂਦਾ ਗਾ ਬੰਦ, ਇਹ ਸਰਟੀਫਿਕੇਟ ਮਿਲੇਗਾ ਰਜਨੀ ਕੰਦਾ ਵੱਲੋਂ ਚਾਚਾ ਚਾਚੀ ਜੀ ਨੂੰ। ਅਤੇ ਇਹ ਆਪਣਾ ਰੱਖਿਆ ਗਿਆ ਸੀਗਾ ਚੰਡੀਗੜ੍ਹ ਦੇ ਵਿੱਚ, ਕਿਹੜਾ ਹੋਟਲ ਸੀਗਾ ਜੀ ਇਹ? ਤਾਜ, ਤਾਜ ਦੇ ਵਿੱਚ 6 ਦਿਨ 17 ਦੇ ਵਿੱਚ। ਅੱਛਾ ਅੱਛਾ, ਆਪਾਂ ਇਹਦੇ ਬਾਰੇ 'ਚ ਗੱਲ ਕਰਦੇ ਹਾਂ ਸਾਰੀ ਡਿਟੇਲ 'ਚ, ਕਿਉਂਕਿ ਹੁਣ ਹੋਇਆ ਹੋਇਆ ਰੋਟੀ ਪਾਣੀ ਦਾ ਚਾਵਲਾਂ ਦਾ ਟਾਈਮ। ਜਿੰਨੇ ਵੀ ਰਾਤ ਬੰਦੇ ਰੁਕੇ ਸੀਗੇ ਉਹਨਾਂ ਨੂੰ ਚਾਹ ਪਾਣੀ ਪਿਆ ਕੇ ਤੋਰਨਾ ਚਾਚੇ ਨੇ, ਅਤੇ ਇਹਦੂ ਬਾਅਦ ਆਪਾਂ ਕਰ ਦਿਆਂਗੇ ਗੱਲ। ਉਹਨੇ ਟਾਈਮ 'ਚ ਆਪਾਂ ਆਪਣੇ ਸਾਈਕਲ ਨਾਲ ਦੇਖ ਲਈਏ, ਉਹਦਾ ਚੱਕਾ ਜਿਹਾ ਸੈੱਟ ਕਰ ਲਈਏ, ਇੱਥੇ ਚਾਬੀ ਮਿਲ ਗਈ ਆਪਾਂ ਨੂੰ। ਇਹਦੇ ਆਹ ਜਾਮ ਹੋਇਆ ਪਿਆ ਸੀਗਾ ਇੱਥੋਂ ਦਾ, ਕੱਲ੍ਹ ਦਾ ਜ਼ੋਰ ਲਵਾਈ ਜਾਂਦਾ, ਧੱਕੇ ਨਾਲ ਹੀ ਲੈ ਕੇ ਆਉਂਦਾ ਆਪਾਂ ਇੱਥੇ। ਹੁਣ ਚਾਚਾ ਜੀ ਕੋਲ ਆਹ ਸੰਦ ਮਿਲਿਆ ਪਲਾਸ, ਅਤੇ ਉਹ ਦੂਜੇ ਪਾਸੇ ਮੇਰੇ ਕੋਲ 17 ਨੰਬਰ ਚਾਬੀ ਹੈਣੀ ਸੀ, ਹੁਣ ਫਰੀ ਹੋਇਆ। ਅਤੇ ਆਪਾਂ ਟੋਟਲ ਜਿਹੜਾ ਚੱਕਾ ਲੈ ਕੇ ਆਉਂਦਾ ਇਹ ਧੱਕੇ ਨਾਲ ਹੀ ਲੈ ਕੇ ਆਉਂਦਾ, ਅਤੇ ਹੁਣ ਸਫਾਈ ਸਫੂਈ ਕਰਕੇ ਹੁਣ ਕਰ ਹਾਲ ਵੀ ਆਹ ਹੋ ਗਿਆ। ਸਾਈਕਲ ਦਾ ਵੀ ਆਹ ਹਾਲ ਹੋ ਗਿਆ।
चंद्रताल दे विच्चों आ रहा है ये चंद्र दरिया। इत्थे नाल नाल ढाबों दे नाम भी चंद्र ने, पर वैसे दा जे लिखा पढ़ांगे आपां चनाब लिखा होया उत्ते। अगे जाके दो दरिया होर कट्ठे हो जांदे ने, आपां जावांगे लाहौल दे विच शायद कांदी कोले, उत्थे देखांगे। उत्थों दोनों दरिया कट्ठे होकर फिर अगे चनाब दे विच मिलदे ने, ते अगे जांदा है पाकिस्तान वल। अगे लाहौल चों आउंदा इक बागा, फिर हो जांदे ने बागा चंद्रा। ये निकलता है उपरों चंद्र लेक दे विच्चों, जिथे आपां चंद्रताल की ट्रैकिंग करन जांदे आ। इस पुल तो 1.5 किलोमीटर उपर जाके आ जांदा गा, रोड आ जांदी है जिथों ट्रैक हुंदा गा। आ परला पासा स्पीति दा, ते उरला पासा इधरला लाहौल दा। जिवें आपां पुल पास कर लैंदे आ तां स्पीति नूं पिछे छड्ड दिंदे आ, इधर लाहौल आ जांदे आ। जिला एक ही आ, एरिया अड्ड वड्ड है। इन्हां पहाड़ां ते लोग क्लाइंबिंग करन आउंदे ने। ओह सामने जिहड़ी चोटी दिख रही है तिखी जी, ओह बिल्कुल जमा तिखी। आ इधर वाले आ ढलवें पहाड़ दे नाल, इत्थे दो जापानी चढ़े सीगे, एक उत्थी रह गया, एक आ गया चाचा जी ने दस्या गा। बाकी लोग थोड़ी कामयाब होंदे ने, बाकी नहीं कामयाब हो पाउंदे, उत्थी रह जांदे ने। आ पहाड़ हैगा, इत्थे भी लोग क्लाइंबिंग करदे ने। काफ़ी टाइम पहले एक जहाज़ भी क्रैश होया सी इत्थे, ते ट्रैकिंग इधर चंद्रताल दे पिछे पिछे रह गई। अपा चाचा चाची जी ढाबे ते है, ये चाचा जी ने चाची जी, ठीक है। ते कदों तो कब से चला रहे हो आप ये ढाबा यहाँ पे? 1973 से आप यहाँ पे हो। 1973 तो इत्थे हैगे। अपने कहंदे ने भी इन्ना टाइम जे बंदा बैठ गया तां छत पै जांदी है, पर हजे तक इहदी छत नहीं पई। दूसरा आपको अवार्ड दिया गया था चंडीगढ़ में लोगों को बचाने का, 106 लोग मैंने 8 दिन पाला, 106 लोग 8 दिन तक, 37 विदेशी इसमें, 37 विदेशी थे, 37 विदेशी, बाकी अपने लोगों लाए, ठीक है। चंडीगढ़ का कई कहाँ का हर जगह का था वो, ठीक है। और बाकी फिर बॉम्बे का भुंजा आदमी 9 दिन पाला वो लग सा, वो जून में 22 सितंबर में फंस गया। अच्छा, क्योंकि जेड़ी जगह पे ढाबा है जे आप इधर कुंजम तो परले पास जाइए तो उधर अपन रहायश मिलती है लोसर, इतों 30 किलोमीटर 30 किलोमीटर परले पास, इधर बातल, इधर बातल से लोसर 30 किलोमीटर, हाँ बातल से लोसर 30 किलोमीटर, और लाहौल साइड कितनी दूर है? 54 किलोमीटर खोखसर, हाँ खोखसर आता है, खोखसर आता है, खोखसर दे विच अपन रहायश मिलेगी। जे कोई बंदा बिच बचाले फस गया तो यह ढाबा नहीं गा, यह सराय है एक हिसाब की, जिहड़ी लोगों मतलब के जान बचाउण दा काम करदे आ, खाण पीण दा, रहण दा, ठंड तो बचण दा। मेरे सामने रात दो बंदे ने जिन्हां दी गड्डी पंचर हुई हैगी, टायर फट गया, नाल टायर ही नहीं लैके आए मां दे पुत, वह भी इत्थे बैठे हुए ने। चार बंदे ने पंजाब दे PV08 गड्डी सीगी मेरे कोल दी, लंघे सीगे ते उन्हां दे चैंबर फट गया, वह भी इत्थे रुके हुए ने। फिर एक बॉम्बे तो बंदा आया होया सीगा, मैं उहनूं चंद्रताल दे ट्रैक तो मोड़ के लिआंदा हैगा, रात होई पई सीगी, वह भी इत्थे रुकया होयागा, उन्हूं ठंड बहुत लगी हुई सी, पता नहीं हुण सैट है रात का। तो मतलब कि यह सराएंगी, इनू आप ढाबा नहीं कह सकते। और आपकी फैमिली, चाचा जी? फैमिली हमारे पास, हम चाचा चाची दो, हम दो है, दो बच्चे है, अच्छा दो लड़की है, चार हम छः है, छः लोग हैं, छः लोग, और उनके बच्चे होंगे आगे, बच्चे हैं सब, वो मनाली में कहाँ रहे? वो मनाली में रहती हैं। हम अब हम 70 साल के पहुंच गया, ये 69 साल का, अच्छा तभी हम लोग वाडा पहुँच रहे, हम लोग सेवा कर रहे हैं लोगों को, नहीं सोचते कि फंस गए तो हम पैसा नहीं लेते, ठीक है। जैसे लोग फंसता है यहाँ, हाँ तो पैसा नहीं ले, बेचारे वो खुद फंस गया तो क्या पैसा लेना उनसे, हाँ हमको जान बचाने के बैठते हैं, तभी तो अवार्ड मिला हमको। जैसे आप फंस गया तो मैं आपको आपको जैकेट उतार देगा तो फिर तो इनाम तो कहाँ मिलेगा, अवार्ड तो कहाँ मिलेगा, सही है, डंडा ही मिलेगा ना, सही सही बात है, सही बात है।
तो इस कारण से रात मैं भी इत्थे रुकिया सीगा क्योंकि मैनू भी बड़ा चाह सीगा भी इत्थे रुकना है। 5-7 दिन तो मैं वेट करी जांदा सीगा ते आके चाचा जी नूं पुछिया मैं क्या अज टेंटिंग नहीं करनी रहण दा तां जो मर्जी जो इच्छा है ये चीज़ हैगी ते ये मिले ने अवार्ड ये ताज दा है अखबार लगी एक बंदा पंजाब दा भी सी किथे आ फोटो आसी 13 बंदे सीगे जिन्हां नूं अवार्ड दिता गया सी नाम दिता गया सीगा इक्के जिहड़े सरदार खड़े ने पंजाब दे इह सैकलिंग करन आए हुए सी इत्थे ते इन्हां नूं भी अवार्ड दिता गया 13 बंदिआं नूं पर जिहड़ा 50,000 दी राशि ओह सिर्फ चाचा जी नूं मिली सीगी इत्थे इह अड्ड अड्ड खबरां ने इह बॉम्बे तों है इह बॉम्बे दा अखबार है चाचा चाची के ढाबे तो आप बदन लगे अगे तो कल की वीडियो अगे की कल पावे क्योंकि वीडियो लंबी हो जाती है फिर जो अज आप कट्ठी पाई तो जुड़े रहो जी धन्यवाद सारे का।